Hey guys, welcome back to our channel Vivek Netty. ਕੀ ਹਾਲ ਚਾਲ ਸਾਰੇ ਹੋਪ ਯੂ ਆਰ ਡੂਇੰਗ ਵੈਲ। ਸੁੱਖਾ ਤੇਗੀ ਪੰਨੂ ਪ੍ਰੋਡ ਜੀਕੇ ਔਨ ਸਾਈਟ। ਬੰਦਿਆਂ ਨੇ ਈਪੀ ਛੱਡੀ ਹੋਈ ਹੈ ਸਵਿਚ ਇਨ ਲੇਨਸ ਤੇ ਆਪਾਂ ਥੋੜਾ ਜਿਹਾ ਲੇਟ ਆ, ਉਹਦੇ ਲਈ ਪਹਿਲਾਂ ਮੈਂ ਸੌਰੀ ਮੰਗਣਾ ਚਾਹੁੰਦਾ ਤੇ ਦੇਖਦੇ ਆ। ਸੁੱਖਾ ਮਿਲੇ ਨਵਾਂ ਆਰਟਿਸਟ ਆ ਪ੍ਰੋਡ ਜੀਕੇ। ਬੰਦਾ ਯਾਰ ਵਾਈਬ ਭਰ ਦਿੰਦਾ ਮਿਊਜ਼ਿਕ ਦੇ ਨਾਲ, ਕਾਫੀ ਅਡਿਕਟਿਵ ਵਾਈਬ ਬਣਾਉਂਦਾ ਆ। ਤੁਸੀਂ ਯਾਦ ਗਾਣਾ ਸੁਣਿਆ ਹੋਣਾ ਆ ਜੱਸਾ ਢਿੱਲੋਂ ਦਾ, ਤੇ ਕਿੰਨੀ ਅਡਿਕਟਿਵ ਵਾਈਬ ਬਣਾਉਂਦਾ ਆ ਤੁਸੀਂ ਜਾਣਦੇ ਸਾਰੇ। ਤੇ ਪ੍ਰੋਡ ਜੀਕੇ ਉੱਥੋਂ ਮੈਂ ਸੁਣਦਾ ਆ ਰਿਹਾ, ਬੰਦਾ ਕਾਫੀ ਘੈਂਟ ਆ। ਇੱਕ ਭਾਈ ਨੇ ਨਾ ਰੀਮਿਕਸ ਕੀਤਾ ਸੀਗਾ ਜੀ ਖਾਨ ਦੇ ਨਾਲ ਤੇਰੀ ਯਾਦ ਗਾਣਾ, ਠੀਕ ਆ। ਉਹ ਵੀ ਬੜਾ ਬੜਾ ਹੀ ਪਿਆਰਾ ਰੀਮਿਕਸ ਸੀਗਾ ਤੇ ਵਧੀਆ ਲੱਗਾ ਸੀਗਾ। ਉਦੋਂ ਦਾ ਮੈਂ ਪ੍ਰੋਡ ਜੀਕੇ ਨੂੰ ਸੁਣਦਾ ਆ ਰਿਹਾ ਤੇ ਕਾਫੀ ਬੰਦਾ ਵਾਈਬ ਕ੍ਰੀਏਟ ਵਧੀਆ ਜੀ ਕਰਦਾ, ਠੀਕ ਆ, ਤੇ ਅਡਿਕਟਿਵ ਜੀ ਕਰਦਾ ਆ। ਸੁੱਖਾ ਮੇਲੇ ਨਵਾਂ ਆਰਟਿਸਟ ਹੋਣ ਵਾਲਾ ਆ ਤੇ ਦੇਖਦੇ ਆ ਕੀ ਹੋਣ ਵਾਲਾ। ਗਾਣੇ ਵਿੱਚ ਕੋਲੈਬ ਕ੍ਰੀਏਸ਼ਨ ਤੇ ਜਿੰਨੇ ਗਾਣੇ ਆਏ ਆ ਸਾਰੇ ਹਿੱਟ ਗਏ ਆ, ਤੇ ਗਾਣੇ ਵਿੱਚ ਕੁਆਲਿਟੀ ਹੁੰਦੀ ਆ ਕੁਆਂਟੀਟੀ ਦੀ ਜਗ੍ਹਾ। ਤੇ ਓਵਰਆਲ 6 ਗਾਣਿਆਂ ਦੀ ਈਪੀ ਆ ਸਵਿਚ ਇਨ ਲੇਨਸ। ਚੈੱਕ ਆਊਟ ਕਰਦੇ ਬਿਨਾਂ ਕੋਈ ਬਕਵਾਸ ਕੀਤੇ ਆ ਜਾਓ ਵੀ। ਤੇਗੀ ਪੰਨੂ ਦੇ ਨਾਲ ਕੋਲੈਬ ਆ, ਸੁੱਖਾ ਐਂ ਤੇਗੀ ਪੰਨੂ। ਹੇ ਵੀ ਗੋ ਔਨ ਸਾਈਟ। ਤੁਸੀਂ ਜਦੋਂ ਸਟਾਰਟ ਕੀਤਾ ਪ੍ਰੋਡ ਜੀਕੇ ਨੇ, ਦੇਖੋ ਕਾਫੀ ਰੇਅਰ ਮਿਲਦਾ ਇੱਦਾਂ ਦਾ ਮਿਊਜ਼ਿਕ ਤੇ ਕਾਫੀ ਅਡਿਕਟਿਵ ਜੀ ਵਾਈਬ ਬਣਾ ਰਿਹਾ ਬੰਦਾ। ਦੇਖੋ ਹੁਣ ਪੂਰਾ ਗਾਣਾ ਸੁਣਦੇ, ਹਲੇ ਤਾਂ ਸ਼ੁਰੂਆਤ ਆ। ਸਟਾਰਟਿੰਗ ਵਿੱਚ ਤੇਗੀ ਪੰਨੂ ਦੇ ਵੋਕਲਸ ਆ। ਓ ਐਰੋਗੈਂਟ ਨੇਚਰ ਯਾਰ ਇਸ ਕੇ ਤੋ ਹੋਣੀ ਕੋੜੇ ਮੌਤ ਦੇ ਜ਼ਦਾਗਰਾਂ ਨੂੰ ਲੱਗੇ ਵਾਈਵਿੰਗ ਵਿਦ ਦਾ ਮੇਜੀ, ਠੀਕ ਹੈ, ਇਦਾਂ ਜਾ ਰਿਹਾ ਸੇ, ਠੀਕ ਹੈ, ਇਦਾਂ ਜਾ ਰਿਹਾ ਹੈ। ਓਕੇ, ਇਹ ਮੌਤ ਸੋਹਣੀ ਕਾਲੀ। ਓ ਐਰੋਗੈਂਟ ਨੇਚਰ ਯਾਰ ਇਸ ਕੇ ਤੋ ਹੋਣੀ ਕੋੜੇ ਮੌਤ ਦੇ ਜ਼ਦਾਗਰਾਂ ਨੂੰ ਲੱਗੇ ਮੌਤ ਸੋਹਣੀ ਕਾਲੀ। ਸ਼ੀਸ਼ਿਆਂ ਦੇ ਵਿੱਚ ਚਿੱਟਾ ਦਿਨ ਚਿੱਟਾ ਚਾਨੀ, ਹੁਣ ਜੇ ਕੂਲ ਮਹਿੰਦ ਰਹਿੰਦੇ ਜ਼ਿਆਦਾ ਬੋਲਦੀ ਆ ਗੱਲ, ਲਿਕ ਬੀ ਸਾਈਡ ਤੋਂ ਵੀ ਪਹਿਲੋ ਪਾਰ ਬੋਲਦੀ ਨਹੀਂ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ, ਡੱਬਾ ਚ ਫਸਾਏ ਸੰਦ ਸਿਰ ਖੋਲਦੀ ਨਹੀਂ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ। ਜਸਟ ਲਾਈਕ, ਇੱਕ ਮਿੰਟ ਦੁਬਾਰਾ ਲਾਈਨ ਸੁਣ, ਡੱਬਾ ਚ ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ। ਓਕੇ, ਬੀ ਸਾਈਡ ਤੋਂ ਵੀ ਬਿੱਲੋ ਪਾਰ ਬੋਲਦੀ ਨਹੀਂ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ, ਡੱਬਾ ਚ ਫਸਾਏ ਸੰਦ ਸਿਰ ਖੋਲਦੀ ਨਹੀਂ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ। ਲੂਈ ਵੀ ਆ ਟ੍ਰਿਪ ਵੇਖ ਢੁੱਲਦੇ ਪਟੋਲੇ ਨਾਲ। ਇੱਕ ਗੱਲ ਮੈਂ ਕਹਿਣਾ ਚਾਹੂੰਗਾ, ਸੁੱਖਾ ਦੀ ਆਵਾਜ਼ ਯਾਰ, ਇਹ ਬੰਦੇ ਦੀ ਆਵਾਜ਼ ਕਾਫੀ ਜ਼ਿਆਦਾ ਇੱਕ ਅਟਰੈਕਟਿਵ ਜੀ ਆ, ਠੀਕ ਆ, ਕਾਫੀ ਵਧੀਆ ਇੱਕ ਕਹਿ ਸਕਦੇ ਆ ਨਾ, ਵਿੱਚ ਆਵਾਜ਼ 'ਚ ਜ਼ੋਰ ਆ, ਵਧੀਆ ਲੱਗ ਰਿਹਾ ਆ ਤੇ ਵਧੀਆ ਵਾਈਬ ਬਣਾਈ ਆ ਬੰਦਿਆਂ ਨੇ। ਨਹੀਂ ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ, ਡੱਬਾ ਚ ਫਸਾਏ ਸੰਦ ਸਿਰ ਖੋਲਦੀ ਨਹੀਂ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ। ਵੀ ਵੀ ਆ ਟ੍ਰਿਪ ਵੇਖ ਢੁੱਲਦੇ ਪਟੋਲੇ ਨਾ, ਨਾ ਗੱਭਰੂ ਨਾ ਦਿਲੇ ਵਾਲੇ ਭੇਦ ਕਦੇ ਖੋਲੇ, ਅੱਖ ਨਾ ਮਲਾਵੇ ਅੱਖ ਰੱਖੀ ਛੇੜੇ ਓਲੇ, ਵਿਪ ਮਾਮਿਆਂ ਦੀ ਮਿੱਤਰਾਂ ਨੂੰ ਲੇਟ ਨਾਈਟ ਢੋਲੇ। ਉਹ ਗੇੜੀਆਂ ਤੇ ਜੱਟ ਟਹਿਰ ਮਾਰਦੇ ਆ ਕੀ ਕਹਾਣੀ, ਕਦੇ ਮੈਂ ਬੁਲਾ ਤੇ ਕਦੇ ਹੁੰਦੀਆਂ ਤਰੀਕਾਂ ਨੀ, ਬਾਰਬੀਕਿਊ ਤੇ ਹੀਟ ਮਾਰਦੀ ਆ ਸੀ ਖਾਣੀ ਜ਼ਿੰਦਗੀ, ਜੇ ਹੁਣ ਕਹਿਆ ਬਾਕੀ ਆ ਤਰੀਕਾਂ ਸਾਡੇ ਟੂ ਔਰ ਟਾਏ ਆ ਵਿਚਾਰ ਬੋਲਦੇ ਨੀ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ, ਡੱਬਾ ਚ ਫਸਾਏ ਸੰਦ ਸਿਰ ਖੋਲਦੇ ਨੀ, ਜਿੱਥੇ ਰੋਲੇ ਗੋਲੇ। ਸੱਚੀ ਯਾਰ ਇੰਜੋਏ ਕਰ ਰਿਹਾ ਪੂਰਾ ਪੂਰਾ, ਕਿਆ ਬਾਤ ਹੈ, ਕਿਆ ਗਾਣਾ ਬਣਾਇਆ ਬੰਦਿਆਂ ਨੇ। ਹੁੰਦੇ ਉੱਥੇ ਯਾਰ ਬੋਲਦੇ, ਡੱਬਾ ਚ ਫਸਾਏ ਸੰਦ ਸਿਰ ਖੋਲਦੇ ਨੀ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ, ਡੱਬਾ ਚ ਫਸਾਏ ਸੰਦ ਸਿਰ ਖੋਲਦੇ ਨੀ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ। ਉਹ ਕਿੜੀਆਂ ਤੇ ਵੇਖ ਕੇ ਮੇਰੇ ਮੈਂ ਚਮਕੇ ਨੀ, ਹੱਥ ਫੜਿਆ ਟਰੱਕ ਵਿੰਡੋ ਥਾਣੀ ਲੰਮ ਕੇ ਚਲੇ, ਗਿਣਤੀ ਆ ਜ਼ਿੰਦਗੀ ਆ ਦਿਨ ਚਾਰ ਦੀ ਨੀ, ਮੌਤ ਮਾਰਦੀ ਨਾ ਬੰਦੇ ਨੂੰ ਤਾਂ ਹਮੇ ਮਾਰਦੀ। ਸਾਡੇ ਯਾਰੀਆਂ ਦੇ ਚਰਚੇ ਤਾਂ ਫੈਲੇ ਤੇਰੇ ਸ਼ਹਿਰ ਚ, ਬੜਿਆਂ ਨੂੰ ਮਿਲੇ ਨੁਕਸਾਨ ਸਾਡੇ ਵੈਰ ਚ, ਬਾਬੇ ਦੀ ਆਉਟ ਜਿਹੜੇ ਫਿਰਦੇ ਆ ਲਹਿਰ ਚ, ਸਾਡੇ ਵਾਲੇ ਗੋਣੇ ਖੁੜੇ ਮਿਲਦੇ ਆ ਲਹਿਰ ਚ, ਮੂੰਹ ਕੱਢੀ ਗੱਲ ਮਿਲੋ ਕਿੱਥੇ ਮੋੜਦੇ ਨੀ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ, ਡੱਬਾ ਚ ਫਸਾਏ ਸੰਦ ਸਿਰ ਖੋਲਦੀ ਨੀ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ, ਡੱਬਾ ਚ ਫਸਾਏ ਸੰਦ ਸਿਰ ਖੋਲਦੀ ਨੀ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ ਬੋਲਦੇ, ਡੱਬਾ ਚ ਫਸਾਏ ਸੰਦ ਸਿਰ ਖੋਲਦੀ ਨੀ, ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ। ਸੁਣ ਲਓ, ਹਾਓ ਮੇਰੇ ਬਾਰੇ ਕਰ ਲਈ ਤੂੰ ਪੁੱਛ, ਆ ਜਾਓ ਵੀ ਤੇਗੀ ਬੰਨੂ ਆ ਗਿਆ ਵੀ, ਫਿਰ ਖੋਲਦੀ ਨੀ ਜਿੱਥੇ ਰੋਲੇ ਗੋਲੇ ਹੁੰਦੇ ਉੱਥੇ ਯਾਰ। ਸੁਣ ਲਓ, ਅੱਛਾ ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਤੇਗੀ ਪੰਨੂ ਨੂੰ ਪਹਿਲਾਂ ਮੈਂ ਭਾਈ ਨੂੰ ਕਹਿੰਦਾ ਸੀ ਤੇਜੀ ਪੰਨੂ, ਠੀਕ ਆ, ਤੇ ਤੇਗੀ ਪੰਨੂ ਐਗਜੈਕਟਲੀ ਭਾਈ ਦਾ ਨਾਮ ਆ ਤੇ ਪਨਾਮ ਸਿੱਧਾ ਕਰਦੇ ਆ, ਮੈਂ ਤੇਜੀ ਪੰਨੂ ਕਹਿੰਦਾ ਹੁੰਦਾ ਸੀਗਾ। ਉਹ ਮੇਰੇ ਬਾਰੇ ਕਰ ਲਈ ਤੂੰ ਪੁੱਛ ਪੜਤਾਲ, ਮਨੀ ਆਫ ਮਾਈਂਡ ਸੰਦ ਲੱਗਾ ਡੱਬ ਨਾਲ, ਸੁਣਿਆ ਤੂੰ ਬਾਤ ਕਦੇ ਵੇਖਿਆ ਨਹੀਂ, ਪਾਉਂਦੇ ਆ ਲੋਕੇਸ਼ਨਾਂ ਫਰਾਰ ਹੋਣ ਬਾਅਦ, ਉਹ ਅੱਖ ਨਾ ਮਲਾਈ ਥੋੜਾ ਰੱਖੀ ਪੜਦਾ, ਕੰਮ ਤੇ ਮਨਾਰਾਂ ਲਈ ਨੀ ਢਿੱਲ ਰੱਖਦਾ, ਅੱਜ ਦਾ ਪਤਾ ਨਾ ਮੈਨੂੰ ਪੁੱਛ ਕੱਲ ਦਾ, ਇੱਕ ਵਿੱਚ ਵੱਜੋ ਜੀ ਦਾ ਜੀ ਕਰਦਾ, ਉਹ ਇੰਜਣ ਦੇ ਵਾਂਗੂ ਜੱਟ ਬੰਦਾ ਚੈਲੰਜ ਆ ਵੀ ਆ ਜਾਓ, ਇੱਕ ਵਿੱਚ ਵੱਜੋ ਜੀ ਦਾ ਜੀ ਕਰਦਾ ਬੰਦਾ, ਕਿਆ
ਪੁੱਛ ਗੱਲ ਦਾ ਇੱਕ ਵਿੱਚ ਵੱਜੋ ਜੀ ਦਾ ਜੀ ਕਰਦਾ ਉਹ ਇੰਜਣ ਦੇ ਵਾਂਗੂ ਜੱਟ ਬੰਦਾ ਖੋਲਦੇ ਨੀ ਜਿੱਥੇ ਰੌਲੇ ਗੌਲੇ ਹੁੰਦੇ ਉੱਥੇ ਯਾਰ ਬੋਲਦੇ ਡੱਬਾਂ ਚ ਫਸਾਏ ਸੰਦ ਸਿਰ ਖੋਲਦੇ ਨੀ ਜਿੱਥੇ ਰੌਲੇ ਗੌਲੇ ਹੁੰਦੇ ਉੱਥੇ ਯਾਰ ਬੋਲਦੇ ਡੱਬਾਂ ਚ ਫਸਾਏ ਸੰਦ ਸਿਰ ਖੋਲਦੇ ਨੀ ਜਿੱਥੇ ਰੌਲੇ ਗੌਲੇ ਹੁੰਦੇ ਉੱਥੇ ਯਾਰ ਬੋਲਦੇ ਡੱਬਾਂ ਚ ਫਸਾਏ ਸੰਦ ਸਿਰ ਖੋਲਦੇ ਨੀ ਜਿੱਥੇ ਰੌਲੇ ਗੌਲੇ ਹੁੰਦੇ ਉੱਥੇ ਯਾਰ ਬੋਲਦੇ ਵੀਡੀਓ ਯਾਦ ਆ ਗਈ ਓਕੇ ਕਾਫੀ ਜ਼ਿਆਦਾ ਕੈਚੀ ਲੱਗ ਰਹੀ ਸੀਗੀ ਗਾਣੇ ਦੀ ਵਾਈਬ ਦੇ ਅਕੋਰਡਿੰਗ ਵੀਡੀਓ ਕਾਫੀ ਵਧੀਆ ਡਿਜ਼ਾਇਨ ਕੀਤੀ ਗਈ ਹੈ ਬਲੈਕ ਐਂਡ ਵਾਈਟ ਹੀ ਸੂਟ ਕਰਨੀ ਸੀਗੀ ਇੱਦਾਂ ਦੀ ਵੀਡੀਓ ਠੀਕ ਹੈ ਜਿੱਦਾਂ ਦੀ ਵਾਈਬ ਸੀਗੀ ਗਾਣੇ ਦੀ ਪ੍ਰੋਡ ਜੀ ਕੇ ਨੇ ਕਾਫੀ ਯਾਰ ਅੱਗ ਲਾਈ ਹੋਈ ਹੈ ਬੰਦੇ ਨੇ ਸੱਚੀ ਕਵਾਂ ਮੈਂ ਇਹ ਬੰਦੇ ਨੇ ਬਹੁਤ ਸਿਰਾ ਕਰਾਇਆ ਮਿਊਜ਼ਿਕ ਦੇ ਨਾਲ ਅਤੇ ਬਿਲਕੁਲ ਅਡਿਕਟਿਵ ਵਾਈਬ ਕ੍ਰੀਏਟ ਕੀਤੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਬੰਦਾ ਵਾਈਬ ਨਾਲ ਭਾਰੀ ਦਿੰਦਾ ਗਾਣੇ ਨੂੰ ਠੀਕ ਹੈ ਅਤੇ ਯਾਦ ਗਾਣਾ ਵੀ ਜਦੋਂ ਸੁਣਿਆ ਹੋਊਗਾ ਸਾਰਿਆਂ ਨੇ ਮੇਰੇ ਖਿਆਲ ਨਾਲ ਮੋਸਟਲੀ ਉਹੀ ਸੁਣਿਆ ਹੋਣਾ ਪ੍ਰੋਡ ਜੀ ਕੇ ਦਾ ਜਦੋਂ ਜੱਸਾ ਢਿੱਲੋਂ ਆਇਆ ਸੀਗਾ ਅਤੇ ਬੰਦੇ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਸੀਗਾ ਉਹਦਾ ਬੰਦਾ ਬਈ ਕਹਿ ਰਿਹਾ ਕਿ ਹੁਣ ਤਾਂ ਆਪਾਂ ਖਿੱਚੀ ਰੱਖਣਾ ਕੰਮ ਅਤੇ ਪੂਰੀ ਮੇਰੇ ਖਿਆਲ ਨਾਲ ਈਪੀ ਜਿਹੜੀ ਆ ਪ੍ਰੋਡ ਜੀਕੇ ਦੇ ਮੰਨੀ ਸੰਧੂ ਨੇ ਪ੍ਰੋਡਿਊਸ ਕੀਤੀ ਪਈ ਆ ਅਤੇ ਚੈੱਕ ਕਰਦੇ ਹਾਂ ਅਗਲਾ ਗਾਣਾ ਵੀ ਛੇਤੀ ਗਾਣਾ ਬਹੁਤ ਜ਼ਿਆਦਾ ਸੈਕਸੀ ਵਾਈਬ ਸੀਗਾ ਬਹੁਤ ਨਜ਼ਾਰਾ ਆਇਆ ਸੁਣ ਕੇ ਇੰਜੋਏ ਕੀਤਾ ਵੀ ਰੀਅਲੀ ਇੱਕ ਅਲੱਗ ਜਿਹੀ ਵਾਈਬ ਸੀਗੀ ਅਤੇ ਇੱਦਾਂ ਦਾ ਮਿਊਜ਼ਿਕ ਰੇਅਰ ਮਿਲਦਾ ਆ ਸੁੱਖਾ ਤੇਗੀ ਪੰਨੂ ਦੋਵਾਂ ਨੇ ਬਹੁਤ ਘੈਂਟ ਕੰਮ ਕੀਤਾ ਠੀਕ ਹੈ ਜਿਹੜੇ ਹਿਸਾਬ ਨਾਲ ਵੋਕਲ ਥਰੋ ਕੀਤੇ ਆ ਬਈ ਇੱਕ ਐਨਰਜੀ ਕੌਨਫੀਡੈਂਸ ਲੈਵਲ ਮਿਲਦਾ ਠੀਕ ਹੈ ਵਾਈਬ ਮਿਲਦੀ ਹੈ ਠੀਕ ਹੈ ਤੁਹਾਨੂੰ ਪਤਾ ਮੈਂ ਸ਼ੁਰੂ ਤੋਂ ਵਾਈਬ ਦੀ ਗੱਲ ਕਰਦਾ ਅਤੇ ਵਾਈਬ ਆਪਾਂ ਲੱਭਦੇ ਗਾਣੇ ਵਿੱਚ ਵਾਈਬ ਮਿਲ ਗਈ ਗਾਣਾ ਮਿਲ ਗਿਆ ਠੀਕ ਹੈ ਹੁਣ ਫੋਟੋ 'ਤੇ ਲਾਵਾਂਗੇ ਹਿਸਟੋਰੀਆਂ ਲਾਵਾਂਗੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਲਓ ਰੋਨਿਕ ਇੰਸਟਾ ਅਤੇ ਬਸ ਹੋਰ ਕੁਛ ਨਹੀਂ ਸੁੱਖਾ ਦੇ ਜਿਹੜੇ ਸੁੱਖੇ ਦੇ ਲਿਰਿਕਸ ਲਿਖੇ ਆ ਮੇਰੇ ਖਿਆਲ ਹਾਂ 13 ਜੇ ਲਿਖੇ ਆ ਤੇਗੀ ਪੰਨੂ ਵਾਲਾ ਪਹਿਰਾ ਤੇਗੀ ਪੰਨੂ ਨੇ ਹੀ ਲਿਖਿਆ ਆ ਮੇ ਬੀ ਇੱਦਾਂ ਹੋ ਸਕਦਾ ਬਾਕੀ ਪਤਾ ਨਹੀਂ ਠੀਕ ਹੈ ਅਤੇ 13 ਜੇ ਤੇਗੀ ਪੰਨੂ ਦੇ ਲਿਰਿਕਸ ਆ ਗਾਇਆ ਸੁੱਖੇ ਨੇ ਆ ਅਤੇ ਐਂਡ ਤੇਗੀ ਪੰਨੂ ਫੀਚਰਿੰਗ ਆ ਬਹੁਤ ਘੈਂਟ ਕੰਮ ਕੀਤਾ ਜਾ ਕੇ ਗਾਣੇ ਨੂੰ ਪਿਆਰ ਦਿਓ ਜਿੰਨਾ ਜ਼ਿਆਦਾ ਹੋ ਸਕੇ ਅਤੇ ਲੇਟ ਆਇਆ ਉਹਦੇ ਲਈ ਸੋਰੀ ਬਾਕੀ ਜਲਦੀ ਜਲਦੀ ਪੂਰੀ ਈ ਪੀ ਆਪਾਂ ਰਿਵਿਊ ਕਰਾਂਗੇ ਅਤੇ ਕਮੈਂਟ ਕਰੋ ਅਗਲਾ ਗਾਣਾ ਕਿਹੜਾ ਕਰੀਏ ਰਿਵਿਊ ਠੀਕ ਹੈ ਅਤੇ ਬਾਕੀ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਜਣੇ ਇਸ ਚੈਨਲ 'ਤੇ ਪਹਿਲੀ ਵਾਰ ਆਏ ਹੋਣ ਹੋਰ ਕੁਛ ਨਹੀਂ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਓ ਉੱਧਰ ਬਹੁਤ ਐਕਟਿਵ ਰਹੀਦਾ ਹੈ ਮਿਲਦੇ ਨੈਕਸਟ ਵੀਡੀਓ 'ਚ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ ਐਂਡ ਥੈਂਕ ਯੂ ਫੋਰ ਵਾਚਿੰਗ